ਕੱਲ ਸ਼ਾਮ 6 ਵਜੇ ਇਨਫੋਰਮੇਸ਼ਨ ਆਈ ਸੀਗੀ ਕਿ 6 ਸਾਲ ਦਾ ਬੱਚਾ ਲੜਕੀ ਹੈ ਉਹਨੂੰ ਕੋਈ ਸ਼ਰਾਬੀ ਸੀਗਾ ਕੋਈ ਉਹ ਲੈ ਕੇ ਚੱਲ ਗਿਆ ਉਹ ਫਿਰ ਉਸਨੂੰ ਭਾਲ ਕੀਤੀ ਅਤੇ ਰਾਤੀ 9 ਵਜੇ ਘਰ ਦੇ ਲੱਗ ਗਿਆ ਜੀ ਉਹ ਝਾੜੀਆਂ ਦੇ ਵਿੱਚ ਨਗਨ ਨੂੰ ਕੱਪੜੇ ਲਾ ਕੇ ਪੁੱਟ ਕੇ ਚੱਲ ਗਿਆ ਸੀ ਬੱਚੀ ਅਤੇ ਉਸ ਵੇਲੇ ਉਹ ਫਰਾਰ ਹੋ ਗਿਆ ਸੀਗਾ ਬੱਚੀ ਦਾ ਰਾਤੀ ਮੈਡੀਕਲ ਕਰਾਇਆ ਸੀਗਾ ਅਤੇ ਉਦੋਂ ਅਧੂਰਾ ਆਏਗਾ ਅਤੇ ਥੋੜ੍ਹਾ ਮੈਡੀਕਲ ਰਹਿੰਦਾ ਜੀ ਉਹ ਕਰਾਉਣ ਵਾਸਤੇ ਹੁਣ ਆਏ ਹਾਂ ਅਤੇ ਸਵੇਰੇ ਇਨਫੋਰਮੇਸ਼ਨ ਮਿਲੀ ਸੀਗੀ ਬੰਦਾ ਉਹ ਘੁੰਮ ਰਿਹਾ ਵੀ ਜਗ੍ਹਾ ਕਿਤੇ ਖੜ੍ਹਾ ਕਿਤੇ ਉੱਥੋਂ ਫਿਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਮੁੰਡਾ ਕੌਣ ਹੈ ਕੀ ਨਾਮ ਹੈ ਕਿੱਥੇ ਰਹਿੰਦਾ ਜੀ ਇਹ ਆਪਣੇ ਉਹਨਾਂ ਦੇ ਵਿਹੜੇ ਦੇ ਵਿੱਚ ਇਕੱਠੇ ਰਹਿੰਦੇ ਕਿਰਾਏ 'ਤੇ ਰਹਿੰਦਾ ਉਹ ਵੀ ਹਾਲੇ ਉਹਦਾ ਨਾਂ ਹੈਗਾ ਜੀ ਲੇਬਰ ਦਾ ਕੰਮ ਕਰਦਾ ਉਮਰ 24 ਸਾਲ ਦੀ ਹੈ ਇਹ ਕਿੱਥੇ ਕਰਕੇ ਵਿਹੜੇ 'ਚ ਕਿਹੜੀ ਜਗ੍ਹਾ ਰਹਿੰਦੇ ਪ੍ਰੋਪਰ ਇਹ ਹੋਇਆ ਜੀ ਆਪਣੇ ਗੁਲਮਰਗ ਕਲੋਨੀ ਹੈ ਗੁਲਮਰਗ ਕਲੋਨੀ ਹੈ ਆਪਣੇ ਸੁੰਦਰ ਨਗਰ ਦੇ ਲਾਗੇ ਅਤੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਕਿੱਦਾਂ ਜੀ ਪਤਾ ਕਿੱਦਾਂ ਲੱਗਾ ਝਾੜੀਆਂ 'ਚ ਬੱਚੇ ਉੱਥੇ ਅਸੀਂ ਲੱਭਣ ਵਾਸਤੇ ਜਦੋਂ ਸੁੰਦਰ ਨਗਰ ਗਏ ਕਿਸੇ ਦੇ ਯਾਰ ਦੋਸਤ ਸੀਗੇ ਮਗਰ ਸਾਨੂੰ ਫੋਨ ਆਇਆ ਇਹਨਾਂ ਦਾ ਜੀ ਕਿ ਉਹ ਬੱਚੀ ਨੂੰ ਸੁੱਟ ਕੇ ਚਲੇ ਗਏ ਅਸੀਂ ਫਿਰ ਦੁਬਾਰਾ ਉੱਥੇ ਆਏ ਤਾਂ ਉਸ ਵੇਲੇ ਫਰਾਰ ਹੋ ਚੁੱਕਾ ਸੀਗਾ ਅਤੇ ਬੱਚੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਸਰ ਹਾਂਜੀ ਹਾਂਜੀ ਬੱਚੀ ਦੇ ਘਰ ਦੇ ਨਾਲ ਹੀ ਸੀ ਉੱਥੇ ਨਾਲ ਹੀ ਘਰ ਆ ਉੱਥੇ ਸੁੱਟ ਕੇ ਗਏ ਸੀਗੇ ਸਰ ਡਾਕਟਰ ਰਿਪੋਰਟ ਕੀ ਆਈ ਤੁਹਾਡੀ ਡਾਕਟਰੀ ਰਿਪੋਰਟ ਹੁਣ ਦੁਬਾਰਾ ਅਧੂਰਾ ਰਾਤੀ ਤੋਂ ਮੈਡੀਕਲ ਥੋੜ੍ਹਾ ਆਇਆ ਸੀਗਾ ਹੁਣ ਕਰਾ ਲੈ ਕੇ ਪੂਰਾ ਮੈਡੀਕਲ ਅਤੇ ਹੁਣ ਜੋ ਆਏਗਾ ਉਸ ਹਿਸਾਬ ਨਾਲ ਕਰ ਵੀ ਜਿਹੜਾ ਹਾਨੀ ਹੈ ਲੜਕਾ ਉਹ ਰੈਸਟ ਪੈ ਗਈ ਉਹਦੀ ਉਹਦੀ ਰੈਸਟ ਹਾਂਜੀ ਹਾਂਜੀ ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਆਚਾਰੀਆ ਸੰਪਰਕ ਕਰੋ 9969000755 ਪਤਾ ਫਗਵਾੜਾ ਪੰਜਾਬ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਖੋਇਆ ਪਿਆਰ ਵਾਪਸ ਪਾਉਣਾ ਲਵ ਮੈਰਿਜ ਸੌਦਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਬਿਮਾਰੀ 'ਚ ਦਵਾ ਨਾ ਲੱਗਣਾ ਵਿਦੇਸ਼ 'ਚ ਪੱਕਾ ਹੋਣਾ ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ 9969000755